अज असी आए हाँ सिख लीडरशिप सीरीज के विच जिदे विच साड़ी गोबल मिडास फाउंडेशन ते साड़ा खिड़दा पंजाब जिहड़ी इंटरनेशनल जथेबंदी है ते उत्थे असी अज खास गलबात करांगे सर दे नाल। हमने एक हॉस्पिटल खोला हुआ है जिसके अंदर हम डायलिसिस करते हैं और डायलिसिस फ्री ऑफ चार्ज करते हैं, कोई कहीं से आ जाए, चाहे वो यूपी से आ जाए, चाहे दिल्ली का हो, चाहे किसी धर्म का हो, सिख हो, मुसलमान हो, ईसाई हो, हिंदू हो, कोई हो। अरे यार, वो उन आदमियों ने, उनका क्या कसूर है, 20-20 साल 25-25 साल उन्होंने जेलों में काट लिए, उनका बाहर आना जितनी सजा है उससे ज़्यादा वो काट चुके हैं, उनको फिर भी सरकार जो है उनको छोड़ नहीं रही। तुहाडे कोल पैसा भी कितना आ रहा, तुसीं उन्हां दी तनखावां वधाओ, क्यों नहीं वधांदे, उन्हां दीआं सेवादारां दीआं तनखावां वधाण, उन्हां दे बच्चिआं दीआं फीसां कम कीतीआं जाण। दिल्ली तक जो बदरपुर का बॉर्डर था, यहाँ तक पंजाब आता था, लेकिन अपनी गलतियाँ, अपनी लड़ाइयाँ करके उन्होंने सब कुछ खो लिया। एजुकेशन हो गई, राशन हो गया, तो पेंशन हो गई, या फिर किसी गरीब बच्चे का ब्याह है वो वास्ते भी उन्होंने अकाउंट में ही चैक बन के जाते हैं। मेरे ख्याल 50-55 परिवार जोड़े असी वापसी सिक्खी लैके आए हैं, असं उस बारे अपना पूरा काम कर रहे हैं। ਤੁਸੀਂ ਸਿੰਘ ਸਭਾ ਦੀ ਗੱਲ ਕਰ ਰਹੇ ਹੋ, ਅਸੀਂ ਸਾਰੇ ਸੇਵਾਦਾਰ ਔਰ ਗ੍ਰੰਥੀ ਸਾਹਿਬਾਨ ਨੂੰ ਅਕੋਮੋਡੇਸ਼ਨ ਫ੍ਰੀ ਦਿੰਦੇ ਹਾਂ, ਬਿਜਲੀ ਦਾ ਬਿੱਲ ਫ੍ਰੀ ਹੁੰਦਾ ਹੈ, ਪਾਣੀ ਫ੍ਰੀ ਹੁੰਦਾ ਹੈ। ਗ੍ਰੰਥੀ ਸਿੰਘਾਂ ਨੂੰ ਵੀ ਬਹੁਤ ਅੱਛਾ ਪੈਕੇਜ ਦਿੱਤਾ ਜਾ ਰਿਹਾ ਹੈ, ਮੈਡੀਕਲੇਮ ਫੈਸਿਲਿਟੀਜ਼ ਵੀ ਦਿੱਤੀਆਂ ਜਾ ਰਹੀਆਂ, ਅਤੇ ਮੈਨੇਜਮੈਂਟ ਦਾ ਆਪਣਾ ਸਕੂਲ ਵੀ ਹੈ, ਉੱਥੇ ਉਹਨਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੀ ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ। ਗੁਰਦੁਆਰਿਆਂ ਦੇ ਜਿਹੜੇ ਮੈਨੇਜਮੈਂਟ ਕਮੇਟੀ ਦੇ ਬੰਦੇ ਕਰਦੇ ਪਏ ਹੈਗੇ ਨੇ, ਉਹਦੇ ਵਿੱਚੋਂ ਲੇਡੀਜ਼ ਆਉਣਾ ਤਾਂ ਚਾਹੁੰਦੀਆਂ, ਮਗਰ ਲੇਡੀਜ਼ ਸਾਹਮਣੇ ਨਹੀਂ ਆਉਂਦੀਆਂ ਪਈਆਂ। ਜਦ ਤੱਕ ਲੇਡੀਜ਼ ਸਾਹਮਣੇ ਨਹੀਂ ਆਉਣਗੀਆਂ ਤਦ ਤੱਕ ਇਹ ਸੁਧਾਰ ਵੀ ਨਹੀਂ ਜੀ ਹੋ ਸਕਦਾ। ਅਸੀਂ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਹਾਂ, ਗੁਰੂਆਂ ਨੂੰ ਮੰਨਣ ਵਾਲੇ ਹਾਂ, ਅਤੇ ਸਾਰੇ ਨਾਨਕ ਨਾਮ ਲੇਵਾ ਇਕੱਠੇ ਹੋ ਕੇ ਆਓ, ਆਪਣੀ ਕੌਮ ਦੀ ਜਿਹੜੀ ਹੈ ਸੁਧਾਰ ਕਰੀਏ, ਆਪਣੇ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਦੇਈਏ। IAS, IPS, ਡਾਕਟਰ, ਇੰਜੀਨੀਅਰ, ਹਰ ਮਾਂ ਬਾਪ ਦੀ ਇਹ ਖਾਹਿਸ਼ ਹੁੰਦੀ ਹੈ ਕਿ ਸਾਡੇ ਬੱਚੇ ਐਜੂਕੇਟਿਡ ਹੋਣ, ਔਰ ਦਿੱਲੀ ਕਮੇਟੀ ਬਹੁਤ ਉਪਰਾਲਾ ਵੀ ਕਰ ਰਹੀ ਹੈ ਇਹਦੇ ਪ੍ਰਤੀ। ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਪਏਗਾ, ਸਰਕਾਰਾਂ ਆਪੇ ਚੁੱਕਣਗੀਆਂ, ਜੇ ਅਸੀਂ ਮਜ਼ਬੂਤ ਨਹੀਂ ਕਰਾਂਗੇ ਆਪਣੇ ਆਪ ਨੂੰ ਤਾਂ ਸਾਡਾ ਹਾਲ ਮਾੜਾ ਹੋਏਗਾ। ਸਿੱਖਾਂ ਦੀ ਨੇੜਤਾ 1984 ਤੋਂ ਬਾਅਦ ਕਾਂਗਰਸ ਦੇ ਨਾਲ ਤਾਂ ਰਹੀ ਨਹੀਂ, ਸਾਨੂੰ ਘਰੋਂ ਕੱਢ ਕੱਢ ਕੇ ਸਾਡੇ ਬੱਚਿਆਂ ਨੂੰ ਵੱਢ ਵੱਢ ਕੇ ਸੁੱਟਿਆ ਉਹਨਾਂ ਨੇ, ਗਲਾ ਟਾਇਰ ਪਾ ਕੇ ਸਾੜਿਆ, ਅਸੀਂ ਕਾਂਗਰਸ 'ਚ ਹੋ ਨਹੀਂ ਸਕਦੇ। ਪਰ ਜੇਕਰ ਸਾਡੀ ਜਿਹੜੀ ਕਮੇਟੀਆਂ ਹੈਗੀਆਂ ਨੇ, ਜਿਹੜੀ ਧਰਮ ਦੇ ਠੇਕੇਦਾਰ ਜਿਹੜੇ ਬਣੇ ਹੋਏ ਨੇ, ਉਹ ਹੀ ਨਹੀਂ ਕਰ ਰਹੇ ਹੈਗੇ, ਉਹਨਾਂ ਨੂੰ ਅੰਮ੍ਰਿਤਪਾਲ ਜੋ ਅੱਜ ਕਰ ਰਹੇ ਉਹ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਸੀਗਾ, ਅਤੇ ਅੱਜ ਤੱਕ ਇਹਨਾਂ ਨੇ ਦੱਸੋ ਕੀ ਕੀਤਾ। ਜਿਸ ਵਕਤ ਕੋਵਿਡ ਦਾ ਸਮਾਂ ਆਇਆ, ਘਰ ਘਰ ਦੇ ਵਿੱਚ 2 ਲੱਖ ਬੰਦੇ ਨੂੰ ਉਸ ਲੋਕਡਾਊਨ ਦੇ ਸਮੇਂ ਦੇ ਵਿੱਚ ਲੰਗਰ ਪਹੁੰਚਾਉਣਾ, ਦਵਾਈਆਂ ਪਹੁੰਚਾਉਣੀਆਂ, 10 ਦਿਨਾਂ ਦੇ ਵਿੱਚ 400 ਬੈੱਡ ਦਾ ਕੋਵਿਡ ਕੇਅਰ ਯੂਨਿਟ ਤਿਆਰ ਕਰਕੇ ਦੇਣਾ ਔਰ ਸਰਕਾਰ ਦੇ ਨਾਲ ਮਿਲ ਕੇ ਇਸਨੂੰ ਚਲਾਉਣਾ। ਦਿੱਲੀ ਕਮੇਟੀ ਦਾ ਕੀ ਮਤਲਬ ਹੈ? ਦਿੱਲੀ ਕਮੇਟੀ ਸਾਰਿਆਂ ਦੀ ਸਾਂਝੀ ਹੈ, ਤੁਸੀਂ ਬਗੈਰ ਦਿੱਲੀ ਕਮੇਟੀ ਦੀ ਸਟੇਜ ਕਰੋ ਤਾਂ ਜੋ ਗੱਲ ਕਰਨੀ ਹੈ ਕਰੋ, ਪਰ ਦਿੱਲੀ ਕਮੇਟੀ ਦੀ ਸਟੇਜ ਯੂਜ਼ ਕਰਨ ਦੀ ਕਿਹੜੀ ਲੋੜ ਹੈ? ਕਿ ਵੋਟਾਂ ਆਪ ਬਣਾਉਣੀਆਂ ਪੈਂਦੀਆਂ, ਵੋਟ ਕੋਈ ਇਹ ਨਹੀਂ ਹੈ ਕਿ ਸਰਕਾਰ ਬਣਾਉਂਦੀ ਹੈ, ਵੋਟ ਜਿਹੜੇ ਮੈਂਬਰ ਜਿਨ੍ਹਾਂ ਇਲੈਕਸ਼ਨ ਲੜਨੀ ਹੈ ਉਹਨਾਂ ਨੂੰ ਆਪ ਬਣਾਉਣੀਆਂ ਪੈਂਦੀਆਂ, ਅਤੇ ਉਹ ਵੋਟ ਨਹੀਂ ਬਣਦੀਆਂ ਬੀਬੀਆਂ ਦੀ, ਇਸ ਕਰਕੇ ਉਹ ਨਹੀਂ ਚੁਣੀ ਜਾਂਦੀਆਂ। ਪਤਾ ਨਹੀਂ 10 ਸਾਲ ਤੋਂ 15 ਸਾਲ ਤੋਂ ਜੋ ਬੁਰਾ ਹਾਲ ਹੀ ਕੀਤਾ ਕਾਰਪੋਰੇਸ਼ਨ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਜਾਣਦੇ, ਤੁਸੀਂ ਜਾਣਦੇ ਹੋ, ਜੋ 5 ਸਾਲ ਵਿਹਲੇ ਨੇ ਕੰਮ ਕਰਨ ਤਾਂ ਚੰਗਾ ਕੰਮ ਕਰਨਗੇ ਤਾਂ ਲੋਕ ਇਹਨਾਂ ਨੂੰ ਦੁਬਾਰਾ ਲਿਆਉਣਗੇ, ਨਹੀਂ ਕਰਨਗੇ ਤੁਹਾਨੂੰ ਲੈ ਆਉਣਗੇ, ਕਰਨ ਤਾਂ ਦਿਓ ਕੰਮ ਕਿਸੇ ਨੂੰ। ਤੁਸੀਂ ਜਿੱਥੇ ਰਹਿੰਦੇ ਹੋ ਆਪਣੇ ਇਲਾਕੇ 'ਚ ਲੱਭ ਲਓ ਕੋਈ ਜ਼ਰੂਰਤਮੰਦ ਸਿੱਖ, ਕੋਈ ਗੁਰਦੁਆਰੇ ਦਾ ਪ੍ਰਚਾਰਕ, ਕੋਈ ਉੱਥੇ ਦਾ ਸੇਵਾਦਾਰ, ਉਹਨੂੰ ਪੁੱਛ ਲਓ ਜਾ ਕੇ
कि भी तेरे को बच्चे की फीस देने कोई किताबा देनी चाहिए कोई तेन वर्दी देनी चाहिए कोई तू बीमारी है दवाई देनी चाहिए तू किधर मेरे वर्गे भी लभन की लड़ कोई तू अपने उत बंदे लग जाएंगे। गुरु साहब है साढ़े प्यो जड़े है उन्होंने बारे सही तरह मतलब साढ़े धर्म के बारे सही तरीके जानकारी दी होंगी तो मैंने नहीं लगता कि कोई भी यहोजा बच्चा है जरा मतलब कभी अपने आप को डाइवर्ट करने की या कन्वर्ट करने की कोशिश भी करता। जेकर चलो सरकारी अंकड़े के मुताबिक दिल्ली 2700 बंदा मरिया 2700 बंदे मारन वाले कम से कम 10,000 तो होने हैं जे 10,000 चों 8,000 सज़ा मिली होंगी तो कंप्लीट जस्टिस आ ये तो बाद में जो रिपोर्टा सारिया मिल गई ने कंपाइल हुई ने तो फिर पता लगे कि इन्ने सारे आदमी मरे ने हालांकि लोग सब देख रहे हैं जुडिशरी भी देख रही है जुडिशरी केम टू दे क्लोज देयर आइज हूँ तो अजकल तो जुडिशरी बहुत चुस्त हो गई है उस वे जुडिशरी ने भी अखा बंद कर लिया सी। लालच जिहड़ा है बहुत वड्डे पद्धर दिता जा रहा है बेसिक एजुकेशन का उही जिवें मैं तुहानूं दस्सना कि असीं अमृतधारी स्कीम लगाई सी जे उदां दी स्कीमां चलन शुरू हो जाण कि बच्चे नूं 12वीं तक एजुकेट मिलेगा बच्चा अमृतधारी होएगा बाणी पढ़ेगा बाणा पढ़ेगा तो वह मैं लगता कि उहदे विच थोड़ा जिहा फर्क आ जाएगा लोकां नूं लगेगा हाँ भी सानूं जद अपने घरों सब कुछ मिल रहा है तो सानूं बाहर जाण दी लोड़ की है। जे अगर नोटा के भंडार लगाए तो ही सही ने ना कि जे अगर साड़ी देह रोकता हैगी है साड़ी निरोगी काया है तो ही नोट साडे वास्ते वधिया ने ना जी। अज तक मैनू नहीं लगता कि दिल्ली दे विच संगत कोई भी ऐसी होए लोड़मंद संगत होए और दिल्ली कमेटी के मैंबर ने उहदा काम ना किया होए। असीं चाहुंदे हां वी साडे बच्चे जिहड़े कि ਨਸ਼ਿਆਂ ਦੇ ਪਿੱਛੇ ਫਿਰੇ ਹੋਏ ਨੇ ਉਹਨਾਂ ਨੂੰ ਅਸੀਂ ਵਧੀਆ ਖੁਰਾਕ ਦਈਏ ਅਤੇ ਵਧੀਆ ਅਥਲੀਟ ਬਣਾਈਏ ਵਧੀਆ ਸਪੋਰਟਸਮੈਨ ਬਣਾਈਏ ਵਧੀਆ ਪੜ੍ਹਨ ਵਾਲੇ ਬਣਾਈਏ ਕਿਉਂਕਿ ਪੰਜਾਬ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈਗੀ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੀ ਜਿਹੜੀ ਰਹੀ ਹੈਗੀ ਉਹ ਪੋਲੀਟੀਕਲ ਲੀਡਰਸ਼ਿਪ ਸੈਲਫ ਸਰਵਿੰਗ ਹੋ ਗਈ ਤੁਹਾਡੀ ਰਿਲੀਜੀਅਸ ਲੀਡਰਸ਼ਿਪ ਵੀ ਸੈਲਫ ਸਰਵਿੰਗ ਹੋ ਗਈ ਉਹਨਾਂ ਨੂੰ ਸਿਰਫ ਆਪਣੀਆਂ ਤਿਜੋਰੀਆਂ ਭਰਨ ਆਪਣੇ ਪ੍ਰੋਪਰਟੀਆਂ ਬਣਾਉਣ ਆਪਣੇ ਚੌਧਰ ਵਿਧਾਨ ਦੀ ਹੈਗੀ ਚਿੰਤਾ अपने आप नूं सेवादार कहो जथेदार वाला लफ्ज़ ना कहो या लीडर वाला लफ्ज़ नहीं सेवादार बन के सेवा करिए कौम की बेहतरी का सोचिए जिहदा हक है उहदे घर जा के देईए असी कोई अपने पॉकेट तो नहीं दे रहे हैं और असी इस पनीरी दे लई जिन्ना काम कर सकते हैं असी वो करिए।